ਫਿਰੋਜ਼ਪੁਰ ਦੇ ਹਲਕਾ ਜੀਰਾ ਦੀ ਬਸਤੀ ਮਾਛੀਆਂ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜੀਰਾ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਜੀਰਾ ਦੇ ਡੀਐਸਪੀ ਸੰਦੀਪ ਸਿੰਘ ਮੰਡ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਲੋਕਾਂ ਨੂੰ ਨਸ਼ੇ ਵੇਚਣ ਵਾਲੇ ਸੁਦਾਗਰ ਨੂੰ ਫੜਾਉਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਜਿੱਥੇ ਇੱਕ ਪਾਸੇ ਪੁਲਿਸ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਕੈਂਪ ਵਿੱਚ ਪਹੁੰਚੇ ਕੁਝ ਨੌਜਵਾਨਾਂ ਨੇ ਪੁਲਿਸ ਹੀ ਘੇਰ ਲਈ ਅਤੇ ਵਿਰੋਧ ਕਰਨ ਪਹੁੰਚੇ ਬਸਤੀ ਮਾਛੀਆਂ ਦੇ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਸੁਦਾਗਰਾਂ ਦੇ ਨਾਲ ਮਿਲ ਕੇ ਖੁਦ ਚਿੱਟਾ ਵਿਕਾ ਰਿਹਾ ਹੈ। ਉਹਨਾਂ ਕਿਹਾ ਕਿ ਜਾਗਰੂਕਤਾ ਕੈਂਪ ਦਾ ਇੱਕ ਬਹਾਨਾ ਇਹ ਹੈ ਤਾਂ ਕਿ ਅਖਬਾਰਾਂ ਦੇ ਚੈਨਲਾਂ ਤੇ ਪੁਲਿਸ ਦੀ ਚਰਚਾ ਹੋ ਸਕੇ। ਨੌਜਵਾਨਾਂ ਨੇ ਕਿਹਾ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਨਸ਼ਾ ਸ਼ਰੇਆਮ ਗਲੀ ਮੁਹੱਲੇ ਵਿੱਚ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ੇੜੀਆਂ ਦਾ ਜਮਾਵੜਾ ਗਲੀਆਂ ਮੁਹੱਲਿਆਂ ਵਿੱਚ ਲੱਗਿਆ ਰਹਿੰਦਾ ਹੈ, ਜਿਸ ਨਾਲ ਗਲੀ ਮੁਹੱਲੇ ਵਿੱਚ ਧੀਆਂ ਭੈਣਾਂ ਨੂੰ ਜਾਣ ਲੱਗਿਆ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਸ਼ੇੜੀ ਕਿਸਮ ਦੇ ਲੋਕ ਰਸਤੇ ਵਿੱਚ ਜਾ ਰਹੀਆਂ ਔਰਤਾਂ ਨੂੰ ਗੰਦੇ ਗੰਦੇ ਕਮੈਂਟ ਪਾਸ ਕਰਦੇ ਹਨ। ਉਹਨਾਂ ਕਿਹਾ ਕਿ ਅਗਰ ਵਾਸਤਵ ਵਿੱਚ ਹੀ ਡੀਐਸਪੀ ਨੇ ਹੀਰੋ ਬਣਨਾ ਹੈ ਤਾਂ ਪਹਿਲਾਂ ਇਹ ਨਸ਼ਾ ਤਸਕਰਾਂ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰੇ ਤਾਂ ਹੀ ਇਸ ਤਰ੍ਹਾਂ ਦੇ ਕੈਂਪ ਲਾਉਣ ਦਾ ਫਾਇਦਾ ਹੈ। ਉਹਨਾਂ ਕਿਹਾ ਕਿ ਹਲਕੇ ਦਾ ਇੰਨਾ ਮਾੜਾ ਹਾਲ ਹੈ ਕਿ ਕੁਝ ਔਰਤਾਂ ਵੀ ਚਿੱਟਾ ਲਾਉਣ ਦੀ ਆਦੀ ਹੋ ਚੁੱਕੀਆਂ ਹਨ। ਕੈਂਪ ਵਿੱਚ ਪਹੁੰਚੀ ਇੱਕ ਔਰਤ ਨੇ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਨਸ਼ੇ ਦਾ ਸੇਵਨ ਕਰ ਰਹੀ ਹੈ ਅਤੇ ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਇਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੀਰਾ ਹਲਕੇ ਵਿੱਚ ਕਿਸ ਕਦਰ ਨਸ਼ੇ ਨੇ ਆਪਣੇ ਪੈਰ ਪਸਾਰੇ ਹੋਏ ਹਨ। ਇਸ ਮੌਕੇ ਮੁਹੱਲੇ ਦੇ ਨੌਜਵਾਨਾਂ ਨੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਜੀਰਾ ਜੋ ਡੀਐਸਪੀ ਨੂੰ ਹਟਾਇਆ ਜਾਵੇ ਤੇ ਇੱਕ ਚੰਗਾ ਇਮਾਨਦਾਰ ਡੀਐਸਪੀ ਲਗਾਇਆ ਜਾਵੇ ਤਾਂ ਜੋ ਉਹਨਾਂ ਦੇ ਸ਼ਹਿਰ ਵਿੱਚੋਂ ਨਸ਼ਾ ਖਤਮ ਹੋ ਸਕੇ। ਦੂਜੇ ਪਾਸੇ ਜਦੋਂ ਇਸ ਸੰਬੰਧੀ ਡੀਐਸਪੀ ਜੀਰਾ ਸੰਦੀਪ ਸਿੰਘ ਮੰਡ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੀਰਾ ਹਲਕੇ ਵਿੱਚ ਬਿਲਕੁਲ ਨਸ਼ੇ ਤੇ ਰੋਕ ਲਗਾਈ ਜਾਵੇਗੀ ਅਤੇ ਔਰਤ ਸਮੇਤ ਜੋ ਵੀ ਲੋਕ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿੱਚ ਫ੍ਰੀ ਇਲਾਜ ਕਰਵਾਇਆ ਜਾਵੇਗਾ। ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਹਾਂਜੀ, ਕੀ ਕਹਿਣਾ ਚਾਹੋਗੇ ਵੀਰ ਜੀ? ਜਿਹੜਾ ਅੱਜ ਇੱਥੇ ਸੈਮੀਨਾਰ ਲਾਇਆ ਡੀਐਸਪੀ ਸਾਹਿਬ ਵੱਲੋਂ, ਹੈ ਨਾ, ਠੀਕ ਹੈ ਨਾ, ਉਹ ਸਿਰਫ ਇੱਕ ਫਾਰਮੈਲਿਟੀ ਹੈ ਜੀ। ਫਾਰਮੈਲਿਟੀ ਇਸ ਹਿਸਾਬ ਨਾਲ ਵੀ ਅਖਬਾਰ ਤੇ ਖਬਰ ਆ ਜੇ ਤੇ ਕੱਲ ਨੂੰ ਪ੍ਰਿੰਟ ਮੀਡੀਆ ਤੇ ਪ੍ਰਿੰਟ ਨਿਕਲ ਆ ਵੀ ਵਧੀਆ ਖਬਰ ਸੈਮੀਨਾਰ ਲਾਇਆ, ਪਰ ਜੋ ਇੱਥੇ ਪ੍ਰੈਕਟੀਕਲੀ ਚੱਲਦਾ ਵਾ ਉਹਦੇ ਤੋਂ ਕੋਹਾਂ ਦੂਰ ਆ। ਉਹ ਕਹਿ ਰਹੇ ਆ ਵੀ ਆਪਾਂ ਛਡਾਈਏ ਨਸ਼ਾ, ਪਰ ਨਸ਼ਾ ਵੇਚਣ ਵਾਲਾ ਤੇ ਨਕੇਲ ਕਸਣੀ ਕਹਿੰਦੇ, ਕਹਿੰਦੇ ਛਡਾਉਣ ਵਾਲਿਆਂ ਨੂੰ ਛਡਾ ਸਕਦੇ ਆ, ਵੇਚਣ ਵਾਲਿਆਂ ਨੂੰ ਨਹੀਂ ਰੋਕਣਾ ਗਾ ਆਪਾਂ। ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਇਹ ਗੱਲ ਕਹੀ ਆ। ਮੈਂ ਤੁਹਾਨੂੰ ਦੱਸਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਭਲਾ ਬੰਦੇ ਲੱਖ ਲੱਖ ਰੁਪਈਆ ਲਾ ਕੇ ਉਹਨਾਂ ਨੂੰ ਪ੍ਰਾਈਵੇਟ ਸੈਂਟਰਾਂ 'ਚ ਦਾਖਲ ਵੀ ਕਰਾ ਕੇ ਆਏ ਇੱਥੋਂ ਫੈਮਲੀਆਂ, ਪਰ ਫਿਰ ਜਦੋਂ ਮਾਹੌਲ ਉਹੀ ਮਿਲਦਾ ਗੇ, ਨਸ਼ਾ ਮਿਲਦਾ ਵਾ, ਅਗਲੇ ਫਿਰ ਲੱਗ ਜਾਂਦੇ ਆ। ਉਹ ਲੱਖ ਵੀ ਗਿਆ ਤੇ ਉਹ ਫਿਰ ਬੱਚਾ ਉਸੇ ਕੰਮ ਤੇ ਲੱਗ ਜਾਂਦਾ ਵਾ। ਇਸ ਕਰਕੇ ਇਹ ਨਹੀਂ ਇਕੱਲਾ ਇਹ ਮੁਹੱਲੇ 'ਚ ਪੀਣ ਵਾਲੇ ਬਹੁਤ ਘੱਟ ਬੰਦੇ ਰਹਿ ਗਏ ਆ, ਬਾਹਰੋਂ ਸ਼ਹਿਰ 'ਚੋਂ ਸਾਰਾ ਸ਼ਹਿਰ ਇੱਥੋਂ ਲਾਗੇ ਦੇ ਪਿੰਡ ਇੱਕ ਜ਼ਿਲ੍ਹਾ ਨਹੀਂ ਦੋ ਤਿੰਨਾਂ ਜ਼ਿਲ੍ਹਿਆਂ ਦੇ ਬੰਦੇ ਇੱਥੋਂ ਸਮਾਨ ਸਪਲਾਈ ਕਰਕੇ ਲੈ ਕੇ ਜਾਂਦੇ ਆ ਜੀ। ਇੰਨਾ ਵੱਡਾ ਕਾਰੋਬਾਰ ਬਣ ਗਿਆ, ਲੱਖਾਂ ਰੁਪਈਆਂ ਦੀ ਆਮਦਨ ਆ ਜੀ। ਤੁਹਾਨੂੰ ਕੋਠੀਆਂ ਅੱਗੇ ਵੀ ਦਿਖਾਈਆਂ ਸੀ ਮੈਂ, ਜੋ ਅੱਜ ਤੋਂ ਮੈਂ 2 ਮਹੀਨੇ ਪਹਿਲਾਂ ਖਬਰਾਂ ਲਾਈਆਂ ਵਾ, ਠੀਕ ਆ, ਉੱਥੇ ਉਦੋਂ ਡੀਐਸਪੀ ਸੀ ਅਤਲ ਸੋਨੀ ਜੀ, ਉਹਨਾਂ ਨੇ 3-4 ਦਿਨਾਂ 'ਚ ਬਹੁਤ ਵਧੀਆ ਕੰਮ ਕੀਤਾ। ਮੈਂ ਉਹਨਾਂ ਨੂੰ ਅੱਜ ਵੀ ਕਹਿੰਦਾ ਬਹੁਤ ਵਧੀਆ, ਪਰ ਉਹਨਾਂ ਦੀ ਬਦਲੀ ਕਰਾਤੀ, ਪਤਾ ਨਹੀਂ ਇਹਨਾਂ ਨੇ ਕਰਾਤੀ ਜਾਂ ਕਿਵੇਂ ਵੀ ਕਰਾਤੀ, ਉਹਨਾਂ ਦੀ ਬਦਲੀ ਹੋ ਗਈ। ਉਦੋਂ ਬਾਅਦ ਜਿਹੜੇ ਆਏ ਇਹਨਾਂ ਨੂੰ ਮਿਲੇ, ਅਸੀਂ ਕਹਿ ਦਿੰਦੇ ਤੁਸੀਂ ਸਾਨੂੰ ਫੜਾਓ, ਫੜ ਕੇ ਮੇਰੇ ਕਿ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ, ਰਿਮਾਰਕ ਹੋ ਗਿਆ ਇੱਥੇ ਡੀਐਸਪੀ ਦੇ ਆਫਿਸ ਆਈਆਂ। ਮੈਨੂੰ ਉਹਨਾਂ 'ਚ ਉਲਝਣ 'ਚ ਪਾਈ ਫਿਰਦੇ ਆ, ਕਹਿੰਦੇ ਸਾਡੇ ਕੋਲੇ ਨਹੀਂ ਐਸਐਚਓ ਕੋਲੇ ਕਿਉਂ ਲੈ ਜਾਂਦੇ, ਐਸਐਚਓ ਕਹੂਗਾ ਵੀ ਸਾਡੇ ਕੋਲੇ ਆਈਆਂ ਨਹੀਂ ਆ। ਬੰਦਾ ਕਹਿੰਦਾ ਦੁਸ਼ਮਣੀ ਲੈ, ਮੈਂ ਦੁਸ਼ਮਣੀ ਵੀ ਲਈ ਹੋਈ ਆ ਇਹ ਕੰਮ ਪਿੱਛੇ, ਫਿਰ ਵੀ ਇੱਥੇ ਅੱਜ ਐਨਜੀਓ ਨੂੰ ਨਾਲ ਲੈ ਆਉਂਦੇ ਆ, ਫਲਾਣੇ ਨੂੰ ਲੈ ਆਉਂਦੇ, ਉਹ ਗੱਲਾਂ ਉਹ ਗੱਲਾਂ ਕਰਦੇ ਆ ਜਿਹੜੀਆਂ ਕਿਸੇ ਦੇ ਪੱਲੇ ਨਹੀਂ ਪੈਣੀਆਂ ਜੀ। ਸ਼ਰੇਆਮ ਕੁੜੀਆਂ, ਸ਼ਰੇਆਮ ਮੈਂ ਵੀਡੀਓ ਵੀ ਬਣਾਈਆਂ ਸਰ, ਪਹਿਲਾਂ ਜਿਹੜੇ ਇੱਥੋਂ ਸੁਣੀ ਜੀ ਵਧੀਆ ਕਾਰਵਾਈ ਕਰਦੇ, ਉਹ ਉਹਦੇ ਨਾਲ ਸਿਰਫ ਮੇਰਾ 5 ਦਿਨ ਦਾ ਹੀ ਮਿਲਾਪ ਰਿਹਾ, ਉਦੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ। ਉਹਦੇ ਨਾਲ ਸੰਦੀਪ ਸਿੰਘ ਮੰਡ ਆਇਆ, ਠੀਕ ਹੈ ਜੀ, ਇਹ ਮੰਨ ਲਓ ਪ੍ਰੈਕਟ ਦੂਜੂ ਆਪਣੇ ਖਬਰਾਂ 'ਚ ਵੇਖਣ ਨੂੰ ਬਹੁਤ ਵਧੀਆ ਲੱਗਦਾ ਵੀ ਨਸ਼ੇ ਦੇ ਬਹੁਤ ਵਿਰੋਧ 'ਚ ਆ, ਅਤੇ ਪਰ ਕਿੱਥੇ ਜਦੋਂ ਜਾ ਕੇ ਮਿਲਦੇ ਆ ਉਦੋਂ ਸਾਨੂੰ ਹੀ ਅੱਗੋਂ ਡਾਂਟਣਗੇ, ਤੁਸੀਂ ਨਾਕੇ 'ਤੇ ਆ ਗਏ ਆ, ਆਫਿਸ 'ਚ ਆਉਣਾ ਸੀ, ਜੇ ਆਫਿਸ 'ਚ ਜਾਈਏ ਕਹਿਣਗੇ ਉਹ ਇੱਥੇ ਹੈ ਨਹੀਂ, ਅਵੇਲੇਬਲ ਹੈ ਨਹੀਂ ਗੇ। ਅਸੀਂ ਘੱਟੋ ਘੱਟ ਹਫ਼ਤਾ ਲਗਾਤਾਰ ਜਾਂਦੇ ਰਹੇ ਹਾਂ, ਠੀਕ ਆ, ਸਾਰੀਆਂ ਸਾਡੀਆਂ ਦਰਖਾਸਤਾਂ ਦਿੱਤੀਆਂ, ਸਾਨੂੰ ਦਰਖਾਸਤਾਂ ਦਿੱਤੀਆਂ ਤਾਂ ਨਹੀਂ, ਸਾਨੂੰ ਵੇਰਵਾ ਦਿੰਦੇ ਅਤੇ ਨਸ਼ੇ ਵਾਲੇ ਨੂੰ ਕਿੱਥੇ ਫੜਨੇ ਇਹਨਾਂ ਨੇ ਵੀਰੇ? ਉਹੀ ਵਾਰਡ ਨੰਬਰ 1 ਤੇ 4 ਅੱਜ ਤੱਕ ਕਾਂਗਰਸ ਅਕਾਲੀ ਰਹੇ ਆ, ਉਹਨਾਂ ਨੇ ਖੁੱਲ੍ਹ ਕੇ ਸਾਥ ਕੀਤਾ। ਅਸੀਂ ਆਪਦਾ ਮੈਂ ਆਪਦੇ ਵਾਰਡ 'ਚੋਂ ਵੱਧ ਤੋਂ ਵੱਧ ਵੀ ਵੋਟਾਂ ਪਾਈਆਂ, ਸਮਰਥਨ ਕੀਤਾ, ਸਾਰੀ ਦੁਨੀਆ ਨੇ ਸਮਰਥਨ ਕੀਤਾ। ਉਹ ਕਹਿੰਦੇ ਵੀ ਇਹ ਕੋਰਟ ਨਿਕਲ ਜੇ, ਸਮਰਥਨ ਇਸ ਕੰਮ ਨੂੰ ਕੀਤਾ, ਪਰ ਹੁਣ ਉਹ ਕਰਾਉਣਾ ਚਾਹੁੰਦੇ ਆ, ਪਰ ਪ੍ਰਸ਼ਾਸਨ ਜਿਹੜੇ ਬੰਦੇ ਆ ਪੁਲਿਸ ਮੁਲਾਜ਼ਮ ਆ ਉਹ ਤਾਂ ਉਹੀ ਆ ਨਾ, ਉਹਨਾਂ ਨੂੰ ਤਾਂ ਪੁਲਿਸ ਕਹੂਗੀ ਤਾਂ ਉਹਨਾਂ ਨੇ ਕੰਮ ਕਰਨਾ। ਉਹਨਾਂ ਨੂੰ ਅੱਜ ਵੀ ਉਹੀ ਆਦਤਾਂ ਵਾ ਜਿਹੜੀਆਂ ਪਹਿਲਾਂ ਪੈਸੇ ਲੈਣ ਦੀਆਂ, ਉਹ ਅੱਜ ਵੀ ਪੈਸੇ ਲੈਂਦੇ ਪਏ, ਅੱਜ ਵੀ ਆਉਂਦੇ ਆ, ਤੁਹਾਨੂੰ ਬਾਈ ਨੇ ਵੀ ਦੱਸ ਸਕਦਾ, ਆਉਂਦੇ ਆ ਪੈਸੇ ਲੈ ਕੇ ਜਾਂਦੇ ਆ। ਸਾਡੇ ਮਹਾਰਾਜ, ਅਸੀਂ ਬੇਨਤੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਕਰਦੇ ਹਾਂ ਕਿ ਸਾਡੀ ਬਸਤੀ 'ਚ ਜਿੰਨਾ ਚਿੱਟਾ ਵਿਕ ਰਿਹਾ ਹੈ ਹੱਦੋਂ ਵੱਧ ਕੇ, ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਅਸੀਂ ਇਸ 'ਤੇ ਨਕੇਲ ਕੱਸੀ ਹੋਈ ਆ, ਪਰ ਇਹਦੇ 'ਤੇ ਕੋਈ
जी गल असी जे कह दिए अगो आते सू कर् फड़ाओ असी अपन दुश्मनिया लीए पुलिस सारे खुद कह कह के गल रिपीट कर जाते हैं पैसे लैन आ जी गल अपने टॉप टॉट भेजते खुद घर ये जेड़े जेड़े वेचते लख लख डेढ़ डेढ़ लख रुपया सेल करते पुलिस मुलाजमान के ब बच्चे खुद वेचते असी खुद सबूत करा सकते हैं इस चीज़ का मुलाजिम बस्तियां मुलाजिम जेडे अपने थाना सिटी के मुलाजिम जिन्हें बच्चे अगले चौड़े हो गए कितने अगले बंदे काम करते दिहाड़ियां जाते कितने अज अगले कहते अं भी 20 हज़ार रुपया सेल करते हैं 50 50 हज़ार रुपया सेल करते हैं जेडे तुम दीदे आ ये बहुत गंदे बंदे सारे लोग एडे चवल लोग आचे पकाई जाते बिचे सारा कुछ कराई जाते हैं बाकी ये महल का सुधार नहीं होना गा जे हिसाब न डी एस पी कह रहा जी डी एस पी हाँ जी इसे गल बदले असी इन्हों लड़ाई न जी सा हुई है तो ये इस चिट्टे बारे हुई है सारी लड़ाई साढ़े बहुत लड़ाइया कलेष होंगे तो रोज साडा मोड़ते धियां भैन लंघन राह नहीं है गा ये कंजरखाना इन्हें पाया वा तो ये सुधार डी एस पी नहीं करना चाहता ये डी एस पी की भी अं बदली कराने चाहते हाँ सर जी मैं एक साल हो गया मैं साल तो नशे का सेवन करती हाँ मैं वधिया तरह जिंदगी जीना चाहती सी पर मैं किसी के साथ की लोड़ सी तो अज मैं मौका मिले कैंप कि मैं हाँ जी व्याई हाँ मेरा बच्चा भी है बस और एवं कोई मजबूरी बन गई सी जी दे हाँ जी नशा सर उन्होंने क्या कि जो नशा छुड़ाऊ केंद्र है कि उत्थे तुहाडा इलाज बिल्कुल फ्री होगा कि मैं बच्चों च आते घर परिवार च वधिया तरीके नाल जिंदगी जी सकती पंजाब सरकार के हुक्मों मुक रखते हुए मानयोग डी जी पी साहब पंजाब मानयोग एस एस पी साहब फिरोजपुर के हुक्मों के चलते अज साडे जीरा विच माछिया महल्ले जो कि एरिया पुलिस स्टेशन सिटी जीरा विच पैंदा है असी एक नशिया विरुद्ध जागरूकता कैंप ऑर्गनाइज किया ये असी जिन्हें भी मोहल्ला निवासी है साढ़े नाल एन जी ओ हैल्पिंग हैंड एन जी ओ ने उन्होंने मैंबरस ने साढ़े नाल जिहड़ियां अलग अलग संस्थावां उन्होंने मैंबर जिन्हों का ये प्रगटावा है कि असी पुलिस महकमे के नाल चल के नशियां के खिलाफ एक जागरूकता मुहिम चलानी है उन्होंने सानू अज बड़ा सोहना एक सहयोग दिता है असी उस मुहिम के साढ़े अज घटो घट ना भी कहीए तो 500 तो प्लस महला निवासी अज शमूलीयत पाई है उन्होंने होर कैंप लगाने लिए भी सानू अर्ज किया है सानू बेनती की है असी होर भी कैंप लावांगे तो अज ये शुरुआत की है तो बहुत ही वधिया एक भरवां हुंगारा मिले है दौराने कैंप साढ़े एक मैडम ने इन्होंने प्रगटावा किया कि ये किसी नशे के सेवन के लिप्त ने ते कैंप तो बाद इन्होंने कहा कि भी मैं नशा छड़ना चाहती है तो असी जीरा दे नशा छड़ाऊ केंद्र इन्हों का टाइप करवा रहे हैं तो डॉक्टर साहब न रिक्वेस्ट करांगे कि इन्हों का प्रोपर ट्रीटमेंट करके इन्हों सुखाले तरीके समाज के ताकि वापसी होवे तो असी जो एक इनिशिएटिव एक मुहिम शुरू की है एक बहुत सोहना अज एक आगाज मिले कि असी कैंप विचों एक नशे का कोई मैंबर है जिन्हों असी समाज के वापस लेके आना है तो बहुत वधिया लगे सानू हाँ इन्ह का इलाज बिल्कुल फ्री है तो टाइम बाउंड इलाज होएगा इन्हें आप इंट्रस्टिड ने तो सानू उम्मीद है तो असी भी ये नशे की जिहड़ी लत तो बाहर आके अपने परिवार के वधिया एक जीवन बतीत कर सकणगे।